ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ 4 ਸਾਲਾਂ ਦੀ ਕਾਰਗੁਜ਼ਾਰੀ ਤੇ ਬਹੁਤ ਸਾਰੇ ਸਵਾਲ ਉੱਠਦੇ ਦਿਖਾਈ ਦੇ ਰਹੇ ਨੇ। ਵਿਰੋਧੀਆਂ ਨੇ ਕੈਪਟਨ ਕੋਲੋਂ ਹਿਸਾਬ ਮੰਗਣਾ ਸ਼ੁਰੂ ਕਰ ਦਿੱਤਾ ਹੈ, ਪਰ ਦੂਜੇ ਪਾਸੇ ਕੈਪਟਨ ਸਾਹਿਬ ਨੇ 2022 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਤਿਆਰੀਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਨੇ। ਇਸੇ ਦੇ ਤਹਿਤ ਉਹਨਾਂ ਨੇ ਪਿਛਲੀਆਂ ਚੋਣਾਂ ਵਾਲਾ ਪੱਤਾ ਇੱਕ ਵਾਰ ਫਿਰ ਤੋਂ ਖੇਡ ਦਿੱਤਾ ਹੈ। ਜੀ ਹਾਂ, ਪ੍ਰਸ਼ਾਂਤ ਕਿਸ਼ੋਰ ਨੂੰ ਕੈਪਟਨ ਵੱਲੋਂ ਇੱਕ ਵਾਰ ਫਿਰ ਤੋਂ ਆਪਣਾ ਚੁਣਾਵੀ ਸਾਥੀ ਬਣਾ ਲਿਆ ਗਿਆ ਹੈ। ਇਸ ਦੀ ਜਾਣਕਾਰੀ ਖੁਦ ਕੈਪਟਨ ਨੇ ਟਵੀਟ ਕਰਕੇ ਦਿੱਤੀ ਹੈ। ਉਹਨਾਂ ਲਿਖਿਆ ਕਿ ਉਹਨਾਂ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹਨਾਂ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਪ੍ਰਿੰਸੀਪਲ ਐਡਵਾਈਜ਼ਰ ਬਣਾ ਲਿਆ ਹੈ। ਇਸ ਤੋਂ ਬਾਅਦ ਕਾਂਗਰਸ ਪਾਰਟੀ ਕਾਫੀ ਖੁਸ਼ ਦਿਖਾਈ ਦੇ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਪ੍ਰਸ਼ਾਂਤ ਕਿਸ਼ੋਰ ਕੋ ਆਪਣਾ ਪ੍ਰਿੰਸੀਪਲ ਐਡਵਾਈਜ਼ਰ ਨਿਯੁਕਤ ਕੀਆ ਹੈ। ਮੈਂ ਸਮਝਤਾ ਹੂੰ ਕਿ ਉਹਨੇ ਰਾਜਨੀਤੀ ਕਾ ਬਹੁਤ ਤਜ਼ਰਬਾ ਹੈ, ਪਹਿਲੇ ਵੀ ਕਾਂਗਰਸ ਪਾਰਟੀ ਕੇ ਸਾਥ ਉਹਨਾਂ ਬਹੁਤ ਲੰਬਾ ਕਾਮ ਕੀਆ ਹੈ, ਔਰ ਮੈਂ ਸਮਝਤਾ ਹੂੰ ਕਿ ਆਨੇ ਵਾਲੇ ਇਲੈਕਸ਼ਨੋਂ ਮੇਂ 2022 ਮੇਂ ਕਾਂਗਰਸ ਕੋ ਫਾਇਦਾ ਹੋਗਾ। ਕਾਂਗਰਸ ਕੀ ਜੋ ਪਾਲਸੀ ਹੋਗੀ, ਕਾਂਗਰਸ ਕੀ ਜੋ ਨੀਤੀਆਂ ਹੋਗੀ, ਉਨਕੋ ਜ਼ਮੀਨ ਪੇ ਉਤਾਰਨੇ ਕੇ ਲੀਏ ਯੇ ਸਾਰੇ ਪ੍ਰੋਗਰਾਮ ਪ੍ਰਸ਼ਾਂਤ ਕਿਸ਼ੋਰ ਜੀ ਬਣਾਏਂਗੇ। ਮੈਂ ਸਮਝਤਾ ਹੂੰ ਕਿ ਉਨਕੇ ਆਨੇ ਸੇ ਕਾਂਗਰਸ ਪਾਰਟੀ ਕੋ ਤਾਕਤ ਮਿਲੇਗੀ।